ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਵਿੱਚ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਚਲਦਿਆਂ ਪੁਲਿਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਅਜਿਹੀ ਘਟਨਾ ਹੀ ਗੁਰਦਾਸਪੁਰ ਦੇ ਭੁੱਲੇ ਚੱਕ ਕਲੋਨੀ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰਾਂ ਵੱਲੋਂ ਇੱਕ ਬੰਦ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਚੋਰ ਘਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਅਲਮਾਰੀ ਵਿੱਚ ਸੋਨਾ ਅਤੇ ਲੈਪਟਾਪ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਅੱਜ ਦੀ ਆਵਾਜ਼ ਲਈ ਇੰਦਰ ਮੋਹਨ ਸੋਢੀ ਦੀ ਰਿਪੋਰਟ। ਸਰ, ਅਸੀਂ ਗਏ ਸੀਗੇ ਸ਼ਨੀਵਾਰ ਕੋਈ 3 ਵਜੇ ਇੱਥੋਂ ਘਰੋਂ, ਅਤੇ ਰਾਤ ਸਾਡੀ ਸ਼ਨੀਵਾਰ ਰਾਤ ਲੱਗੀ ਆ ਉੱਥੇ, ਅਤੇ ਆਉਂਦਿਆਂ ਨੂੰ ਸਾਡੇ ਇੱਥੇ ਚੋਰੀ ਹੋਈ ਸੀ। ਤਕਰੀਬਨ ਸਾਡਾ 8-10 ਤੋਲੇ ਸੋਨਾ ਅਤੇ ਚਾਂਦੀ ਸੀਗੀ, ਸਾਨੂੰ ਉਹਦੇ ਕੁਆਂਟਿਟੀ ਨਹੀਂ ਪਤਾ। ਉਹ ਸਾਰਾ ਸਾਡਾ ਲੈ ਕੇ ਗਏ ਆ, ਦਰਵਾਜ਼ਾ ਤੋੜਿਆ ਵਾ, ਬੈੱਡ ਪੂਰਾ ਖੋਲਿਆ, ਤਸੱਲੀ ਨਾਲ ਚੋਰੀ ਕਰਕੇ ਗਏ ਆ, ਅਤੇ ਪੇਟੀ ਵੀ ਸਾਰੀ ਤੋੜ ਗਏ, ਉਹਦੇ ਵਿੱਚੋਂ ਸੋਨਾ ਕੱਢਿਆ, ਲੈਪਟਾਪ ਲੈ ਗਏ ਆ, 3 ਮੋਬਾਈਲ ਲੈ ਗਏ ਸਾਡੇ, ਅਤੇ ਅਸੀਂ ਆਏ ਹਾਂ ਬਸ ਰਾਤ ਹੀ ਕੱਟੀ ਹੈ। ਅਸੀਂ ਸਵੇਰੇ ਜਦੋਂ ਇੱਧਰ ਆਏ ਹਾਂ ਅਤੇ ਉਹਨਾਂ ਨੂੰ ਅਸੀਂ ਦੇਖਿਆ ਕਿ ਲਾਈਟਾਂ ਜਗਨਦੀਆਂ, ਪੱਖੇ ਚੱਲਣ ਦੇ ਆ, ਅਤੇ ਚੋਰੀ ਹੋ ਗਈ ਹੈ। ਅਤੇ ਅਸੀਂ ਫਿਰ ਮੌਕੇ 'ਤੇ ਪੁਲਿਸ ਨੂੰ ਕੰਪਲੇਨ ਕੀਤੀ ਸੀ, ਜੋ ਵੀ ਆਏ ਆ ਉਹਨਾਂ ਨੇ ਵੀ ਮਤਲਬ ਸਾਨੂੰ ਆਸ਼ਵਾਸਨ ਨਹੀਂ ਦਿੱਤਾ, ਹੋਰ ਤਾਂ ਕੁਛ ਨਹੀਂ। ਅਸੀਂ ਅਪੀਲ ਕਰਦੇ ਹਾਂ ਕਿ ਸਾਡਾ ਹੱਲ ਕੀਤਾ ਜਾਏ। ਇਹਦਾ 8-10 ਤੋਲੇ ਦਾ ਤੁਸੀਂ ਲਾ ਲਓ ਭਾਈ ਸਾਹਿਬ। ਸੋਨਾ ਕਿੰਨੀ? ਚਾਂਦੀ ਦੀ ਕੁਆਂਟਿਟੀ ਨਹੀਂ ਮੈਨੂੰ ਇੱਦਾਂ ਕੁਛ ਪਤਾ, ਸੋਨਾ ਦੇ 8-10 ਤੋਲਾ ਹੈਗਾ ਜੀ। ਓਕੇ, ਤਾਂ ਹਾਂਜੀ, ਰਾਤ ਬਾਅਦ ਜਦੋਂ ਫੋਨ ਕੀਤਾ ਜੀ ਉਦੋਂ ਆਈ ਹੈ ਪੁਲਿਸ, ਉਹਨਾਂ ਨੇ ਸਾਨੂੰ ਇਹੀ ਦੱਸਿਆ ਕਿ ਤੁਹਾਡੀ ਮਦਦ ਕਰਾਂਗੇ। ਮਤਲਬ ਇਹ ਤਾਂ ਇਹ ਡਾਇਲੋਗ ਉੱਦਾਂ ਮਾਰ ਗਏ ਸੀ ਕਿ ਸੱਪ ਲੰਘ ਗਿਆ ਅਤੇ ਹੁਣ ਲਕੀਰ ਹੀ ਰਹਿ ਗਈ ਹੈ, ਤਾਂ ਕੁੱਟਣ ਦਾ ਫਾਇਦਾ ਕੋਈ ਨਹੀਂ ਹੈਗਾ, ਇਹ ਸਾਨੂੰ ਕਹਿ ਕੇ ਗਏ। ਦੇਖਿਆ ਜਾ ਰਿਹਾ ਘਰ ਦੇ ਵਿੱਚ ਤੁਸੀਂ ਕੁੱਤਾ ਵੀ ਰੱਖਿਆ ਹੋਇਆ ਸੀ? ਹਾਂ, ਕੁੱਤਾ ਰੱਖਿਆ ਸੀ ਜੀ, ਕੁੱਤਾ ਵੀ ਬਹੁਤ ਬੋਲਿਆ, ਆਂਢ ਗੁਆਂਢ ਵੀ ਸਾਡਾ ਆਇਆ, ਪਰ ਉਹਨਾਂ ਨੇ ਨਾ ਘਰ ਵੱਲ ਖਿਆਲ ਨਹੀਂ ਕੀਤਾ, ਉਹ ਆਪਣਾ ਦੇਖ ਕੇ ਅਤੇ ਵਾਪਸ ਚੱਲ ਗਏ ਆ। ਪੇਤੀ ਬੰਦਾ ਹੈ ਜੀ, ਪੇਤੀ ਬੰਦਾ, ਤਾਂ ਹੀ ਉਹਨੇ ਇੱਦਾਂ ਮਾਰਿਆ ਸਾਡੇ। ਜਿੱਥੇ ਹੁਣ ਮੈਂ ਪੁੱਛਦਾ ਪਿਆ ਸੀ, ਇੱਕ ਬੰਦਾ ਸਾਡੇ ਕੋਲ ਮੋਟਰਸਾਈਕਲ 'ਤੇ ਰਾਤ ਨੂੰ 12 ਵਜੇ ਇੱਥੇ ਚੱਕਰ ਮਾਰ ਕੇ ਗਿਆ, ਤਾਰੀ ਕੰਧ 'ਤੇ ਕੰਧ ਟੱਪ ਗਿਆ ਜੀ, ਉੱਥੇ ਬੂਟਾਂ ਦੇ ਨਿਸ਼ਾਨ ਹੈਗੇ ਆ। ਕੱਲ੍ਹ ਮਿਤੀ 8/1 ਨੂੰ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਮਿਲੀ ਸ਼ਾਮ ਟਾਈਮ ਕਿ ਭੁੱਲੇ ਚੱਕ ਕਲੋਨੀ 'ਚ ਇੱਕ ਚੋਰੀ ਹੋਈ ਹੈ, ਜੋ ਕਿ ਫੈਮਿਲੀ ਘਰੋਂ ਗਈ ਹੋਈ ਸੀ। ਘਰ ਦੇ ਮੈਂਬਰ ਜਿਹੜੇ ਆ ਉਹ ਅਨੰਦਪੁਰ ਸਾਹਿਬ ਗਏ ਹੋਏ ਸੀਗੇ, ਅਤੇ ਉਹਨਾਂ ਦੇ ਮਗਰੋਂ ਹੀ ਇਹ ਚੋਰੀ ਦੀ ਜਿਹੜੀ ਵਾਰਦਾਤ ਹੈ ਹੋਈ ਹੈ। ਜੀ, ਅਸੀਂ ਮੌਕਾ ਦੇਖਿਆ ਅਤੇ ਇਨਵੈਸਟੀਗੇਸ਼ਨ ਇਨੀਸ਼ੀਏਟ ਕੀਤੀ ਆ, ਸੀਸੀਟੀਵੀ ਕੈਮਰਾਜ਼ ਚੈੱਕ ਕਰ ਰਹੇ ਹਾਂ, ਅਤੇ ਅੱਗੇ ਜੋ ਵੀ ਸਾਹਮਣੇ ਆਉਂਦਾ ਉਹਦੇ ਮੁਤਾਬਿਕ ਫਿਰ ਅਸੀਂ ਕਰਾਂਗੇ ਕਾਰਵਾਈ। ਕਿੰਨਾ ਕੁ ਨੁਕਸਾਨ? ਕਰੀਬ 10 ਤੋਲੇ ਗੋਲਡ ਜਿਹੜਾ ਘਰ ਵਿੱਚੋਂ ਚੋਰੀ ਹੋਇਆ। ਕੈਸ਼ ਹੋਈ ਸੀ? ਨਹੀਂ, ਕੈਸ਼ ਨਹੀਂ ਸੀਗਾ, ਗੋਲਡ ਹੀ ਸੀ। ਤੇ ਲੈਪਟਾਪ ਵਗੈਰਾ ਕੁਝ ਕਰ ਰਹੇ? ਜੀ ਹਾਂ, ਲੈਪਟਾਪ, ਇੱਕ ਲੈਪਟਾਪ ਦੱਸਿਆ ਕਿ ਉਹਨਾਂ ਨੇ ਘਰੇ ਸੀਗਾ। ਅੱਗੇ ਸੀਸੀਟੀਵੀ ਹੈ ਲਾ ਦੇ? ਹਾਂ, 1-2 ਸੀਸੀਟੀਵੀ ਕੈਮਰਾਜ਼ ਹੈਗੇ ਆ ਜਿਨ੍ਹਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ। ਕੀ ਮਤਲਬ ਪੜੇ ਜਾਂਦੇ ਜਲਦੀ? ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੂਰੀ, ਜਲਦੀ ਉਹਨਾਂ ਨੂੰ ਕਾਬੂ ਕਰ ਲਵਾਂਗੇ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ? FIR ਰਜਿਸਟਰ ਕਰਕੇ ਅਗਲੀ ਕਾਰਵਾਈ ਕਰ ਦਿੱਤੀ ਆਰੰਭ।